ਸਵਾਗਤ ਹੈ ਜੀ ਖਬਰਾਂ ਦੇ ਇਸ ਬੁਲੇਟਿਨ ਸਮੇਂ ਮੇਰਾਮਨ ਕੁਮਾਰ ਪਹਿਲਾ ਇੱਕ ਨਜ਼ਰ ਛੋਣਵੀਆਂ ਖਬਰਾਂ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਰੱਖਿਆ ਖੇਤਰ ਵਿੱਚ ਭਾਰਤ ਦੀ ਆਤਮ ਨਿਰਭਰਤਾ ਵਿਸ਼ਵ ਸ਼ਾਂਤੀ ਨੂੰ ਹੁਲਾ ਰ ਰਹੀ ਹੈਗੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੇ ਦੇਸ਼ ਅੰਦਰ ਰੱਖਿਆ ਉਤਪਾਦਨ ਦੇ ਨਿਰਮਾਣ ਨੂੰ ਹੱਲਾਸ਼ੇਰੀ ਦੇਣ ਲਈ ਦਰਾਂਤ ਕੀਤੇ ਚਾਣਵ ਦੇ ਕਈ ਰੱਖਿਆ ਉਤਪਾਦਾਂ ਤੇ ਰੋਕ ਲਗਾਈ ਹੈ ਉੱਤਰ ਪ੍ਰਦੇਸ਼ ਅਤੇ તમਿਲਨਾਡੂ ਵਿੱਚ ਰੱਖਿਆ ਲਾਂਗੇ ਦੇ ਨਿਰਮਾਣ ਲਈ 20000 ਕਰੋੜ ਰੁਪਏ ਦੀ سرمایہ کاری ਕੀਤੀ ਜਾਂਦੀ। ਗੱਲ ਆਖੀ। ਕੇਂਦਰੀ ਵਿੱਤ ਮੰਤਰੀ ਨਰਮਲਾ ਸੀਤਾਰਮਨ ਅਨੁਸਾਰ ਸੂਬਿਆਂ ਦੇ GST ਬਕਾਇਆ ਦਾ ਭੁਗਤਾਨ ਪਾਰਟੀ ਰਿਜ਼ਰਵ ਬੈਂਕ ਦੀ ਸਲਾਹ ਮਗਰੋਂ ਕੀਤਾ ਜਾਏਗਾ। उपराष्ट्रपति एम वेंकैया नायडू ने महात्मा गांधी की सोच अनुसार भारत और मजबूत बनाने की कोविड उन्नीस महामारी की सेहतिया दर छिहत्तर इशारिया दो चार पहुंची पिछले एक महीने दौरान पच्ची लाख तो मरीज ठीक हुए दिल्ली तमिलनाडु बिहार हरियाणा ਤੇ ਗੁਜਰਾਤ ਵਿੱਚ ਅਸੀਂ ਇਤਿਹਾਸਕਿਤਿਤ 80% ਤੋਂ ਵੀ ਸਦਾ ਪੰਜਾਬ ਵਿਧਾਨ ਸਭਾ ਦਾ ਇੱਕ ਦਿਨਾ ਇਜਲਾਸ ਬਲ ਕੇ ਦਰਸ਼ਕਾਂ ਤੇ ਪੱਤਰਕਾਰਾਂ ਤੇ ਵਿਧਾਨ ਸਭਾ ਦੀ ਕਵਰੇਜ ਤੇ ਰੋਕ ਦੇਚੀ ਕਲ ਨਿੱਕਲ ਅਧਾਰਿਆਂ ਨੂੰ ਨਿਯਮਤ ਕਰਨ ਸੰਪਤੀ ਚੱਕੜਿਆਂ ਤੇ ਬਾਲ ਮਜ਼ਦੂਰੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਕਾਨੂੰਨ ਯੂਨੀਵਰਸਿਟੀ ਨਾਲ ਸੰਬੰਧਿਤ ਬਿੱਲ ਪੇਸ਼ ਕੀਤੇ ਜਾਣ ਦੀ ਸੰਭਾਵਨਾ ਫੋਕੌਂਟਰੀ ਕੈਪਟਨ ਅਮਰਿੰਦਰ ਸਿੰਘ ਵਰਨੋ ਸ਼ਰਾਬ ਦੇ ਟਿਕ ਕੇ ਹਰ ਹਾਲਤ ਵਿੱਚ ਸ਼ਾਮ 5:30 ਵਜੇ ਬਾਦਮੁਕਰਨ ਲਈ ਡੀਜੀਪੀ ਨੂੰ ਹੁਕਮ ਕਰਤਾਰਪੁਰ ਲਾਂਗੇ ਦੇ ਪਾਕਿਸਤਾਨ ਵਾਲੇ ਇਸ ਸਿਰੇ ਵਿਚ ਪੁਲ ਬਣਾਉਣ ਦੇ ਕੰਮ ਦਾ ਜਾਇਜ਼ਾ ਲੈਣ ਲਈ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਡੇਰਾ ਬਾਬਾ ਨਾਨਕ ਨੇੜੇ ਜ਼ੀਰੋ ਨਾਈਨਟੇ ਮੀਟਿੰਗ। ਪਾਰਤੀ ਕਮਿ ਹਾਈਵੇ ਅਥਾਰਟੀ ਦੇ ਉਪ ਮੁਖ ਮੁਖੀ ਜਤਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੇ ਪੁਲ ਦੀ ਉਸਾਰੀ ਦਾ ਕੰਮ ਛੇਤੀ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ। ਹੇ ਹੁਣ ਕਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਆਤਮ ਨਿਰਭਰ ਭਾਰਤ ਲਈ ਨਾ ਸਿਰਫ ਅੰਦਰੂਨੀ ਮੌਕਿਆਂ ਨੂੰ ਹੀ ਦੇਖਦੀ ਹੈ ਬਲਕਿ ਇਸ ਦਾ ਉਦੇਸ਼ ਭਾਰਤ ਦੀਆਂ ਸਮਰੱਥਾਵਾਂ ਤੇ ਆਲਮੀ ਸ਼ਾਂਤੀ ਨੂੰ ਹੱਲਾਸ਼ੇਰੀ ਦੇਣ ਦੇ ਨਾਲ-ਨਾਲ ਵਿਸ਼ਵ ਦੇ ਅਰਚਾਰੇ ਨੂੰ ਹੋਰ ਸਥਿਰ ਬਣਾਉਣ ਵਿੱਚ ਮਦਦ ਕਰਨਾ ਵੀ ਹੈ ਰੱਖਿਆ ਸੰਧੀ ਆਊਟਰੀਚ ਸੈਮੀਨਾਰ ਨੂੰ ਸੰਬੋਧਨ ਕਰਦੇ ਮੋਦੀ ਨੇ ਕਿਹਾ ਕਿ ਭਾਰਤ ਦੀਆਂ ਰੱਖਿਆ ਸਮਰੱਥਾਵਾਂ ਤੇ ਆਤਮ ਨਿਰਭਰਤਾ ਹਿੰਦ ਮਹਾਸਾਗਰ ਵਿੱਚ ਸੁਰੱਖਿਆ ਦੇ ਜਾਲ ਨੂੰ ਹੋਰ ਮਜ਼ਬੂਤ ਕਰੇਗੀ ਤੇ ਕਈ ਮਿੱਤਰ ਦੇਸ਼ਾਂ ਲਈ ਰੱਖਿਆ ਉਤਪਾਦਨ ਦੀ ਸਪਲਾਈ ਤੇ ਰਣਨੀਤਕ ਸਬੰਧਾਂ ਨੂੰ ਖੋਲਾਰਾ ਦੇਵੇਗੀ ਭਾਰਤ ਮੈਂ ਰੱਖਿਆ ਉਤਪਾਦਨ ਸੇ ਜੁੜੇ ਹੋਏ ਸਭੀ ਅਹਿਮ ਸਟੇਕ ਹੋਲਡਰਸ ਅੱਜ ਇੱਥੇ ਮੌਜੂਦ ਹੈ इस सेमिनार के आयोजन के लिए रक्षा मंत्री राजनाथ जी और उनकी पूरी टीम को मैं बहुत बहुत बधाई देता हूँ आज यहाँ हो रहे इस मंथन से जो परिणाम मिलेंगे उनसे रक्षा उत्पादन के क्षेत्र में आत्मनिर्भरता के हमारे प्रयासों को अवश्य बल मिलेगा गति मिलेगी और आप सबने जो सुझाव दिए हैं आज आपने एक सामूहिक मंथन किया है वो अपने आप में आने वाले दिनों के लिए बहुत उपकारक होगा प्रधानमंत्री ने कहा कि देश अंदर रखा उत्पादन करने कई रखा उत्पादन उन्होंने उन्होंने रखा उत्पादन चौहत्तर फीसदी विदेशीकारी रदरा किया जिस रक्षा उत्पादन पदर तक मदद मिलेगी बहुत लंबे समय से देश। देश। में चीफ ऑफ डिफेंस स्टाफ की नियुक्ति पर विचार किया जा रहा है निर्णय नहीं हो पा रहा था यह निर्णय नए भारत के आत्मविश्वास का प्रतीक है और अब पहली बार इस सेक्टर में 74% 74% परसेंट सेवेंटी परसेंट तक एफडीआई ऑटोमेटिक रूप से आने का रास्ता खोला जा रहा है ਸ਼੍ਰੀ ਮੋਦੀ ਨੇ ਕਿਹਾ ਕਿ ਕਈ ਸੂਬਿਆਂ ਵੱਲੋਂ ਹਾਲ ਕੀ ਵਿੱਚ ਕੀਤੇ ਗਏ ਕਿ ਸੁਧਾਰ ਚਾਰੀ ਰਹਣਗੇ ਉਹਨਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡ ਦੇ ਸੂਬਿਆਂ ਵਿੱਚ ਸੁਰੱਖਿਆ ਕਾਰਿਡੋਰ ਦੇ ਨਿਰਮਾਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਅਗਲੇ 5 ਵਰਿਆਂ ਦੌਰਾਨ ਇਸ ਕਾਰਿਡੋਰ ਤੇ 30,000 20,000 ਕਰੋੜ ਰੁਪਏ ਦੀ سرمایہ ਕਰੀ ਕੀਤੀ ਚਾਅ ਕੀਤੀ ਮੋਦੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਹਮੇਸ਼ਾ ਹੀ ਲਾਲ ਫੀਤਾ ਸ਼ਾਹੀ ਨੂੰ ਖਤਮ ਕਰਨ ਦਾ ਕੰਮ ਕੀਤਾ ਹੈ ਅਤੇ ਨਿੱਜੀ ਖੇਤਰ ਲਈ ਰੈੱਡ ਕਾਰਪਟ ਵਿਛਾਇਆ ਹੈ ਜਿਸ ਨਾਲ ਦੇਸ਼ ਵਿੱਚ ਸੁਰੱਖਿਆ ਉਤਪਾਦ ਦੇ ਨਿਰਮਾਣ ਨੂੰ ਵਧੇਰੇ ਖੁਲਾਰਾ ਮਿਲੇਗਾ ਕੇਂਦਰੀ ਵਿੱਤ ਮੰਤਰੀ ਨਰਮਲਾ ਸੀਤਾਰਮਨ ਨੇ ਕਿਹਾ ਕਿ ਏਸ਼ਵਰੇ ਦਾ 235000 ਕਰੋੜ ਰੁਪਏ ਦਾ ਸੂਬੇ ਦਾ ਸਾਰਾ ਬਾੜਾ ਪਾਰਟੀ ਰਿਜ਼ਰਵ ਬੈਂਕਾਂ ਦੀ ਸਲਾਹ مشਵਰੇ ਤੋਂ ਬਾਅਦ ਪੂਰਾ ਕੀਤਾ ਜਾ ਸਕਦਾ ਹੈ ਨਵੀਂ ਦਿੱਲੀ ਵਿੱਚ ਅੱਜ ਜੀਐਸਟੀ ਕੌਂਸਲ ਦੀ 48ਵੀਂ ਮੀਟਿੰਗ ਤੋਂ ਬਾਅਦ ਉਨ੍ਹਾਂ ਕਿਹਾ ਕਿ ਜੀਐਸਟੀ ਕੌਂਸਲ ਵੱਲੋਂ ਇਸ ਬਦ ਵਿੱਚ ਕੀਤੇ ਜਾਣ ਵਾਲੇ ਪ੍ਰਬੰਧ ਤੇ ਸਹਿਮਤੀ ਹੋਣ ਉਪਰੰਤ ਜੀਐਸਟੀ ਬਕਾਇਦੀ ਰਕਮ ਤੇਜ਼ੀ ਨਾਲ ਅਦਾ ਕੀਤੀ ਜਾਏਗੀ ਤੇ ਬਾਕੀ ਵਿੱਤੀ ਬਰੇਲੇ ਵੀ ਅਦਾਏਗੀ ਦਾ ਖਿਆਲ ਰੱਖਿਆ ਜਾਏਗਾ ਉਨਾ ਨੇ ਇਹ ਵੀ ਕਿਹਾ ਕਿ ਸੂਬਿਆਂ ਨੂੰ ਪਾਰਟੀ ਰਿਜ਼ਰਵ ਬੈਂਕ ਦੀ ਸਲਾਹ ਨਾਲ 97000 ਕਰੋੜ ਰੁਪਏ ਦੀ ਰਕਮ ਵਾਜਬ ਵਿਆਸ ਦਰ ਤੇ ਮੁਹੱਈਆ ਕਰਵਾਉਣ ਦਾ ਇੱਕ ਹੋਰ ਬਦਲ ਵੀ ਦਿੱਤਾ ਗਿਆ ਜਿਸ ਨੂੰ ਇਕੱਠੇ ਕੀਤੇ ਗਏ ਸੈਸ ਤੋਂ ਬਾਅਦ 5 ਬਰਿਆਂ ਵਿੱਚ ਮੋੜਿਆ ਜਾ ਸਕੇਗਾ ਸਿਤਾ ਰਾਮ ਨੇ ਕਿਹਾ ਕਿ ਇਹ ਦੋਹੇ ਵਿਕਲਪ ਸੂਬਿਆਂ ਸਾਹਮਣੇ ਰੱਖੇ ਗਏ ਨੇ ਤਾਂ ਜੋ ਹਰੇਕ ਸੂਬੇ ਨੂੰ ਕਰਜ਼ੀਆਂ ਲਈ ਜਦوجਾਤਨਾ ਕਰਨੀ ਪਵੇ ਉਹਨਾਂ ਆਖਿਆ ਕਿ ਸੂਬੇ ਨੇ ਇਹ ਦੋਹਾ ਵਿਕਲਪਨ ਵਿਸਾਰ ਵਿੱਚ ਦੱਸੇ ਜਾਣ ਲਈ ਬੇਨਤੀ ਕੀਤੀ ਹੈ ਤੇ ਇਹਨਾਂ ਵਿਕਲਪਾਂ ਤੇ ਚਰਚਾ ਲਈ 7 ਦਿਨਾਂ ਦਾ ਸਮਾਂ ਦਿੱਤੇ ਜਾਣ ਦੀ ਗੱਲ ਆਖੀ ਹੈ ਤਾਂ ਜੋ ਇਹਨਾਂ ਤੇ ਵਿਚਾਰ ਕੀਤਾ ਜਾ ਸਕੇ ਇਹ ਦੋਹੇ ਬਦਲ ਸਿਰਫ ਇਸ ਸਿਵਰ ਲਈ ਉਪਲਬਧ ਹੋਣਗੇ ਅਤੇ ਕੌਂਸਲ ਇਹਨਾਂ ਬਦਲਾਂ ਦੀ ਸਮੀਖਿਆ ਕਰੇਗੀ ਤੇ 5ਵੇਂ ਸਾਲ ਦੀ ਕਾਰਵਾਈ ਲਈ ਫੈਸਲਾ ਕਰੇਗੀ ਆਮਲੀ which probably is influenced by the covid And technically, and I'm not saying I'm uh, in favor of this or that. I'm only describing it for your convenience. So, that portion of the gap which arises in the compens compensation, essentially deriving from the calculation methodology which is already embedded in that. Because the act in not foresee. an act of God. It just kept saying protected revenue should be taken care of. वित्त अजय भूषण पांडे ने कहा कि कोविड महामारी कारण जीएसटी की वसूली बहुत बुरी तरह प्रभावित हुई है उपराष्ट्रपति एम वेंकैया नायडू ने महात्मा गांधी की सोच अनुसार भारत को होर ज्यादा ਆਤਮ ਨਿਰਪਰ ਅਤੇ ਮਜ਼ਬੂਤ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ ਅਚਾਰਿਆ ਵਿਨੋਬਾ ਭਾਵੇ ਦੇ ਮਹਾਤਮਾ ਗਾਂਧੀ ਦੇ ਫਲਸਫੇ ਨੂੰ ਸਮਾਜਿਕ ਉਥਾਨ ਤੇ ਪੁਦਾਨ ਅੰਦੋਲਨ ਫੈਲਾਉਣ ਪ੍ਰਤੀ ਦਿੱਤੇ ਯੋਗਦਾਨ ਤੇ ਇੱਕ ਵੈਬਿਨਾਰ ਨੂੰ ਸੰਬੋਧਨ ਕਰਦੇ ਆਉਣਾ ਆਖਿਆ ਕਿ ਆਤਮ ਨਿਰਭਰ ਦਾ ਮਤਲਬ ਬਹੁਤ ਹੀ ਜ਼ਿਆਦਾ ਰਾਸ਼ਟਰਵਾਦੀ ਜਾਂ ਰੱਖਿਆਵਾਦੀ ਹੋਣਾ ਨਹੀਂ ਹੈ ਸਗੋਂ ਵਿਸ਼ਵ ਦੀ ਭਲਾਈ ਲਈ ਵਧੇਰੇ ਮਹੱਤਵਪੂਰਨ ਪਾਇਵਾਲ ਬਣਨਾ ਹੈ ਉਹ ਰਾਸ਼ਟਰਪਤੀ ਨੇ ਦੇਸ਼ ਦੇ ਨੌਜਵਾਨਾਂ ਵਿੱਚ ਉਦਮ ਦੇ ਵਿਕਾਸ ਦੀ ਲੋੜ ਤੇ ਵੀ ਜ਼ੋਰ ਦਿੱਤਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਭਾਰਤ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ ਉਹਨਾਂ ਨੇ ਕਿਹਾ ਕਿ ਜੀ ਮਹਾਤਮਾ ਗਾਂਧੀ ਦੀ ਇਮਾਨਦਾਰੀ ਵਫਾਦਾਰੀ ਤੇ ਆਪਣੇ ਦੇਸ਼ ਤੇ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਨ ਦੀ ਭਾਵਨਾ ਕਰਕੇ ਉਹਨਾਂ ਦਾ ਸਤਿਕਾਰ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਮਹਿਸ ਸਿਆਸੀ ਦੋਧ ਨਹੀਂ ਸੀ ਸਗੋਂ ਰਾਸ਼ਟਰੀ ਉਸਾਰੀ ਤੇ ਸਮਾਜਿਕ ਤੇ ਸਮਾਚਾਰਿਕ ਜਾਗਰੂਕਤਾ ਲਿਆਉਣ ਵਾਲਾ ਇੱਕ ਅੰਦੋਲਨ ਵੀ ਸੀ ਉਹਨਾਂ ਆਚਾਰੀਆ ਵਿਨੋਬਾਬਾ ਜੀ ਨੂੰ ਮਹਾਤਮਾ ਗਾਂਧੀ ਦਾ ਅਤਿਸ਼ ਚੇਲਾ ਦੱਸਿਆ ਆਚਾਰੀਆ ਵਿਨੋਬਾਬਾ ਜੀ ਵਾਸ ਏਨ ਆਈਡੀਅਲ ਡਿਸਿਪਲਿੰਡ ਡਿਸਾਈਪਲ ਆਫ ਗਾਂਧੀ ਜੀ He was deeply spiritual, son, as well. He believed that the essence of Indianness is caring attitude and a spirit of sacrifice and service. What we are trying to now build is Sakshat Bharat. What? ਪਾਰਟੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਜੇਕਰ ਬੈਂਕਰ ਨੇ ਆਪਣੇ ਬੁਨਿਆਦੀ ਕੰਮ ਸ਼ੁਰੂ ਨਹੀਂ ਕੀਤੇ ਤਾਂ ਕਰਜ਼ਾ ਲੈਣ ਵਾਲੇ ਲੋਕ ਰੋਟੀ ਕਮਾਉਣ ਦੇ ਯੋਗ ਵੀ ਨਹੀਂ ਰਹਿਣਗੇ। ਮੁੰਬਈ ਵਿੱਚ ਰੋਜ਼ਾਨਾ ਖਬਰ ਵੱਲੋਂ ਕਰਵਾਏ ਗਏ Webiner ਨੂੰ ਸਮੂਥਨ ਕਰਦੇ ਹੋਣਾ ਕਿ ਬੈਂਕਰ ਨੂੰ ਚਾਹੀਦਾ ਹੈ ਕਿ ਉਹ ਕਰਜ਼ਾ ਨਾ ਦੇਣ ਦੀ ਆਦਤ ਨੂੰ ਛੱਡ ਕੇ ਆਪਣੇ ਜੋਖਮ ਪ੍ਰਬੰਧਨ ਤੇ ਪ੍ਰਸ਼ਾਸਕੀ ਢਾਂਚੇ ਵਿੱਚ ਸੁਧਾਰ ਲਿਆਉਣ। ਉਨਾ ਕਹੇ ਕਿ ਹੱਦ ਤੋਂ ਵੱਧ ਜੋਖਮ ਤੋਂ ਬਚਾ ਬੈਂਕਾਂ ਲਈ ਆਪਣੇ ਆਪ ਨੂੰ ਹਰਾਉਣ ਦੇ ਬਰਾਬਰ ਹੋ ਸਕਦਾ ਹੈ। ਉਨ੍ਹਾਂ ਕਹੇ ਕਿ ਹਰ ਚਾਰੇ ਨੂੰ ਹੱਲਾਸ਼ੇਰੀ ਦੇਣ ਲਈ ਕਰਜ਼ਾ ਪ੍ਰਣਾਲੀ ਨੂੰ ਵਿਕਸਿਤ ਕੀਤਾ ਜਾਚਾ ਕੀਤਾ ਹੈ। ਦਾਸ ਨੇ ਕਿਹਾ ਕਿ ਧੋਖਾ ਤੋਂ ਰੋਕਣ ਲਈ ਬੈਂਕਾਂ ਨੂੰ ਆਪਣੀ ਯੋਗਤਾ ਨੂੰ ਸੁਧਾਰਨ ਦੀ ਲੋੜ ਹੈ। ਉਨ੍ਹਾਂ ਕਹੇ ਕਿ ਜੇਕਰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਬੈਂਕਿੰਗ ਪ੍ਰਣਾਲੀ ਪੂਰੀ ਤਰ੍ਹਾਂ ਨਾਲ ਸਥਿਰ ਤੇ ਮਜ਼ਬੂਤ ਹੈ ਅਤੇ ਕਰਜ਼ਾ ਦੇਣ ਵਾਲੇ ਬੈਂਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਵਿਕਾਸ ਦਾ ਇੱਕ ਨਵਾਂ ਮਾਡਲ ਵਿਕਸਿਤ ਕਰਨਾ ਹੋਵੇਗਾ। ਉਨ੍ਹਾਂ ਕਹੇ ਕਿ ਪਾਰਟੀ ਰਿਜ਼ਰਵ ਬੈਂਕ ਕੋਵਿਡ-19 ਮਹਾਮਾਰੀ ਨਾਲ ਸੰਬੰਧਿਤ ਆਪਣੇ ਫੰਡਾਂ ਨੂੰ ਮਾਪਯੋਗ ਢੰਗ ਨਾਲ ਵਾਪਸ ਲਵੇਗਾ ਪਰ ਇਸ ਲਈ ਕੋਈ ਜਲਦਬਾਜ਼ੀ ਨਹੀਂ ਕੀਤੀ ਛੱਡੀ ਸਰਕਾਰ ਵੱਲੋਂ ਚੁੱਕੇ ਗਏ ਵਿੱਤੀ ਕਦਮਾਂ ਦੀ ਸ਼ਲਾਘਾ ਕਰਦੇ ਅੰਦਾਜ਼ ਨੇ ਕਿਹਾ ਕਿ ਬਹੁਤ ਹੀ ਜ਼ਿੰਮੇਵਾਰੀ ਨਾਲ ਕੀਤਾ ਗਿਆ ਕੰਮ ਹੈ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀਦਾ ਅਜ 76.24% ਤੇ ਪਹੁੰਚ ਗਈ ਹੈ ਕੀ ਕੋਈ ਕੁੱਲ ਮਰੀਜ਼ਾਂ ਤੇ ਗਿਣਤੀ ਐਕਟਿਵ ਮਾਮਲੇ ਦੀ ਗਿਣਤੀ ਨਾਲੋਂ तकरीबन 3.5 ਗੁਣਾ ਜ਼ਿਆਦਾ ਹੈ ਇਸ ਰਾ ਦੇਸ਼ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ 100% ਤੋਂ ਉੱਪਰ ਦਰਜ ਕੀਤੀ ਗਈ ਹੈ ਸਿਹਤ ਮੰਤਰਾਲੇ ਅਨੁਸਾਰ ਕੇਂਦਰ ਵੱਲੋਂ ਦਿੱਤੇ ਗਏ ਕੋਵਿਡ-19 ਮਹਾਮਾਰੀ ਦੀ ਰੋਕத் ਥਾਮ ਲਈ ਦਿਸ਼ਾ-ਨਿਰਦੇਸ਼ਾਂ ਅਤੇ ਸਮੇਂ ਸਿਰ ਚੁੱਕੇ ਗਏ ਕਦਮਾਂ ਸਦਕਾ ਭਾਰਤ ਨੇ 25 ਲੱਖ ਤੋਂ ਵੱਧ ਮਰੀਜ਼ਾਂ ਦੀ ਸਿਹਤਿਆਬੀ ਦਾ ਨਵਾਂ ਮੀਲ ਪੱਥਰ ਹਾਸਲ ਕੀਤਾ ਹੈ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 56000 ਤੋਂ ਵੱਧ ਮਰੀਜ਼ ਠੀਕ ਹੋਏ ਦਿੱਲੀ ਤਮਿਲਨਾਡੂ ਬਿਹਾਰ ਹਰਿਆਣਾ ਅਤੇ ਗੁਜਰਾਤ ਵਿੱਚ ਸਿਹਤ ਅਭਿਲੇਦਾਰ 80% ਤੋਂ ਜ਼ਿਆਦਾ ਹੈ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ਼ ਵਿੱਚ ਕੁੱਲ ਐਕਟਿਵ ਕੋਰੋਨਾ ਮਾਮਲੇ ਵਿੱਚੋਂ ਸਿਰਫ 0.29% ਮਰੀਜ਼ ਹੀ ਵੈਂਟੀਲੇਟਰ ਲੈਨੇ ਤੇ 2% ਇਲਾਜ ਅਧੀਨ ਨੇ ਇਸੇ ਤਰ੍ਹਾਂ ਕੋਰੋਨਾ ਦੇ ਮਰੀਜ਼ਾਂ ਦੀ ਮੌਤ ਦਰ ਵੀ ਤੇਜ਼ੀ ਨਾਲ ਵਹਿਠਾਂ ਆ ਰਹੀ ਹੈ ਤੇ ਇਸ ਲਈ ਇਹ 1. 8% ਹੈ। ਅਸਾਂ ਕੇਰਲ, ਵਿਹਾਰ, ਉੜੀਸਾ, ਤੇਲੰਗਾਨਾ, ਤ੍ਰਿਪੁਰਾ, ਆਂਧਰਾਪਰਦੇਸ਼ ਅਤੇ ਛੱਤੀਸਗੜ ਵਿੱਚ ਕੋਵਿਡ ਮਰੀਜ਼ਾਂ ਦੀ ਮੌਤ ਦਰ 1% ਤੋਂ ਵੀ ਛੇਡਾ ਹੈ। ਮੰਤਰੀ ਨੇ ਕਿਹਾ ਹੈ ਕਿ ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਰਿਕਾਰਡ 75000 ਤੋਂ ਵੱਧ ਕਰੋਨਾ ਦੇ ਨਵੇਂ ਮਰੀਜ਼ ਸਾਹਮਣੇ ਆਏ ਨੇ ਜਿਸ ਨਾਲ ਦੇਸ਼ ਵਿੱਚ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ 33,10,235 ਹੋ ਗਈ ਹੈ। ਦੇਸ਼ ਵਿੱਚ ਇਸ ਵੇਲੇ 7,25,991 ਐਕਟਿਵ ਮਰੀਜ਼ ਨੇ ਅਤੇ ਹੁਣ ਤੱਕ ਸਰਤ 1472 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਤੇ ਪਿਛਲੇ 24 ਘੰਟਿਆਂ ਵਿੱਚ 1023 ਵਿਅਕਤੀਆਂ ਦੀ ਮੌਤ ਹੋਈ ਹੈ ਪੰਜਾਬ ਵਿਧਾਨ ਸਭਾ ਦਾ ਇਕ ਦਿਨਾ اجلاس ਬੜਕੇ ਹੋਵੇਗਾ اجلاس ਦੌਰਾਨ ਕੋਵਿਡ-19 ਮਹਾਮਾਰੀ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਵਿਧਾਨਕਾਰਾਂ ਦੇ ਬੈਠਣ ਲਈ ਸਮਾਜਿਕ ਦੂਰੀ ਸਮੇਤ ਸਾਰੇ ਬੰਦੋਬਸਤ ਕੀਤੇ ਗਏ ਨੇ ਜਿਸਮਾਨੀ ਦੂਰੀ ਦੇ ਨਿਯਮਾਂ ਦੀ ਪਾਲਣਾ ਦੌਰਾਨ ਸਦਨ ਦੇ ਹਰੇਕ ਮੈਂਬਰ ਨੂੰ ਮਾਸਕ ਦਸਤਾਨੀ ਅਤੇ ਇਸ ਹੈਂਡ ਸੈਨੀਟਾਈਜ਼ਰ ਦੀ ਕਿਟ ਵੀ ਮੁਹैया करवाई ਜਾਵੇਗੀ ਤੇ ਗੈਲਰੀ ਵਿੱਚ ਮੌਜੂਦ ਸਾਰੇ ਹੀ ਸਬੰਧਤ ਅਧਿਕਾਰੀਆਂ ਲਈ ਵੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ ਪੰਜਾਬ ਦੇ ਤਿੰਨ ਮੰਤਰੀਆਂ ਸਣੇ ਉੱਤ ਵਿਧਾਨਕਾਰ ਕਰੋਨਾ ਪੋਜ਼ਿਟਿਵ ਨੇ ਪੰਜਾਬ ਸਰਕਾਰ ਲਈ ਵਿਧਾਨ ਸਭਾ ਦੇ اجلاس 6 ਮਹੀਨੇ ਵਿੱਚ ਬੁਲਾਉਣਾ ਇੱਕ ਸੰਵਿਧਾਨਿਕ ਜ਼ਰੂਰਤ ਹੈ 117 ਮੈਂਬਰੀ ਸਦਰ ਵਿੱਚ 105 ਬੈਂਚ ਨੇ ਤੇ ਕਈ ਵਿਧਾਨਕਾਰਾਂ ਦੇ ਕਰੋਨਾ ਪੀੜਤ ਹੋਣ ਕਾਰਨ ਵਾਦੂ ਬੈਂਚਾਂ ਦਾ ਬੰਦੋਬਾਸ ਨੇ ਕੀਤਾ ਗਿਆ ਵਿਧਾਨ ਸਭਾ ਦੇ ਅਧਿਕਾਰੀ ਅਨੁਸਾਰ ਵਿਧਾਨ ਸਭਾ ਦੀ ਕਾਰਵਾਈ ਦੇਖਣ ਵਾਲੇ ਦਰਸ਼ਕ ਕਾਤੀ ਪਤਕਰਕਾਰਾਂ ਨੂੰ ਵਿਧਾਨ ਸਭਾ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਕਹਿ ਹੈ ਵਿਧਾਨ ਸਭਾ ਦੇ ਸਪੀਕਰ ਨੇ اجلاس ਦੀ ਮੀਡੀਆ ਕਵਰੇਜ ਲਈ ਪੰਜਾਬ ਪਵਨ ਨੂੰ ਵਿਸਥਾਰਤ ਥਾਵ ਜੋ ਨੋਟੀਫਾਈ ਕੀਤਾ ਹੈ ਅਤੇ ਪੰਜਾਬ ਪਵਨ ਦੇ ਹਾਲ ਤੋ اجلاس ਤੇ ਲਾਈਵ ਸਟ੍ਰੀਮਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਜਦਕਿ ਕੋਈ ਵੀ ਕੈਮਰਾ ਜਾਂ ਮੋਬਾਈਲ ਫੋਨ ਵਿਧਾਨ ਸਭਾ ਦੇ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ اجلاس ਨੂੰ ਕਵਰ ਕਰਨ ਵਾਲੇ ਪੱਤਰਕਾਰਾਂ ਲਈ ਕੋਵਿਡ-19 ਟੈਸਟ ਜ਼ਰੂਰੀ ਕੀਤਾ ਗਿਆ ਤੇ ਆਖਿਆ ਗਿਆ ਕਿ ਵਿਧਾਨਕਾਰ ਪੰਜਾਬ ਪਵਨ ਦੇ ਖੁੱਲੇ ਖੇਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਸਕਦੇ ਹਨ ਇੱਕ ਦਿਨ ਦੇ ਇਸ اجلاس ਦੌਰਾਨ ਕਈ ਬਿਲ ਤੇ ਆਰਡੀਨੈਂਸ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ ਜਿਨ੍ਹਾਂ ਵਿੱਚ ਨਜੀ ਕਲੀਨਿਕਲ ਅਦਾਰਿਆਂ ਨੂੰ ਨਿਯਮਤ ਕਰਨ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਕੁਝ ਕੈਦੀਨوں ਰਿਹਾ ਕਰਨ ਨਜੀ ਨਸ਼ਾ ਛਡਾਊ ਇੰਦਰਾਮਲ ਉਹ ਦਵਾਈਆਂ ਦੀ ਵੰਡ ਨੂੰ ਕੰਟਰੋਲ ਕਰਨ ਸੰਨਤੀ ਝਗੜਿਆਂ ਤੇ ਬਾਲ ਮਜ਼ਦੂਰੀ ਆਦਨ ਨਾਲ ਸੰਬੰਧਿਤ ਬਿੱਲ ਸ਼ਾਮਲ ਹਨ ਇਸ ਤੋਂ ਇਲਾਵਾ ਸ਼੍ਰੀ ਗੁਰੂ ਤੇਗ ਬਹਾਦਰ ਦੇ 400 ਮੇ ਪ੍ਰਕਾਸ਼ਪੁਰਖ ਤੇ ਉਹਨਾਂ ਦੀ ਯਾਦ ਵਿੱਚ ਤਰੰਤਾਰਨ ਵਿੱਚ ਸਥਾਪਿਤ ਕੀਤੀ ਜਾਣ ਵਾਲੀ ਸ਼੍ਰੀ ਗੁਰੂ ਤੇਗ ਬਹਾਦਰ ਕਾਨੂੰਨ ਯੂਨੀਵਰਸਿਟੀ ਬਿੱਲ 2020 ਨੂੰ ਵੀ ਵਿਧਾਨ ਸਭਾ ਵਿੱਚ ਪੇਸ਼ ਕੀਤੀ ਜਾਣ ਦੀ ਸਭਾਫਦਾ ਹੈ ਪੁਆਇੰਟ ਰਿਕਰਪਟ ਨਵਿੰਦਰ ਸਿੰਘ ਨੇ ਕੋਵਿਡ ਉਨੀ ਮਹਾਮਾਰੀ ਨਾਲ ਪੰਜਾਬ ਦੇ ਪੀੜਤ 92 ਵਿਧਾਨਕਾਰਾਂ ਦੇ ਸਪਰਕ ਵਿੱਚ ਅਨਵਰ ਅਤੇ ਦੂਜੇ ਵਿਧਾਨਕਾਰਾਂ ਨੂੰ ਅਪੀਲ ਕੀਤੀ ਹੈ ਕਿ ਵਿਧਾਨ ਸਭਾ ਦੇ ਪਲਕੇ ਹੋਣ ਵਾਲੇ ਇਜਲਾਸ ਤੋਂ ਦੂਰ ਰਹੇ ਉਹਨਾਂ ਆਮ ਆਦਮੀ ਪਾਰਟੀ ਵੱਲੋਂ ਸੂਬੇ ਵਿੱਚ ਦਿੱਤੇ ਗਏ ਸਰਕਾਰ ਵਿਰੋਧੀ ਰੋਸਦਰਿਆਂ ਨੂੰ ਰੱਦ ਕਰਨ ਲਈ ਆਖਿਆ ਤਾਂ ਜੋ ਸੂਬੇ ਦੇ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪੈਣ ਤੋਂ ਬਚਾਇਆ ਜਾ ਸਕੇ ਇਸ ਦੌਰਾਨ ਵਿਰੋਧੀ ਧਿਰ ਨੇ ਸੂਬਾ ਸਰਕਾਰ ਤੇ ਦੋਸ਼ ਲਗਾਇਆ ਕਿ ਉਹ ਸਿਰਫ ਇੱਕ ਦਿੰਦਾਸਨ ਕੇ ਇਜਲਾਸ ਬੁਲਾ ਕੇ ਸੂਬੇ ਦੇ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕਰਨ ਤੋਂ ਪਚ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਪੁਲਿਸ ਮੁਖੀ ਨੂੰ ਹਦਾਇਤ ਕੀਤੀ ਹੈ ਕਿ ਉਹ ਸੂਬੇ ਦੇ ਸਾਰੇ ਸ਼ਹਿਰਾਂ ਤੇ ਕਸਬਿਆਂ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਹਰ ਹਾਲਤ ਵਿੱਚ ਸ਼ਾਮ ਦੇ 6:30 ਵਜੇ ਤੱਕ ਬੰਦ ਕਰਨ ਸੰਬੰਧੀ ਦਿੱਤੇ ਗਏ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਤਾਂ ਜੋ ਸੂਬੇ ਵਿੱਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਕਾਬੂ ਵਿੱਚ ਕੀਤਾ ਜਾ ਸਕੇ ਸੂਬੇ ਵਿੱਚ ਕੋਰੋਨਾ ਮਹਾਮਾਰੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 40000 ਤੋਂ ਵੱਧ ਗਈ ਹੈ ਤੇ ਹੁਣ ਤੱਕ बारह सौ व्यक्तियों की मौत हुई है मुख्य ने कहा कि पेंडू में फिलहाल शराब के ठेके इकती अगस्त तक रात दस बजे तक खुले रहने जिस तमें निर्देशों के मद्देनज़र अगला फैसला लिया जाएगा मुख्य ने यह हदायत अजिम रिपोर्टा मिलने तो बाद जारी की जहाँ वि किया गया कि शहर शराब के ठेके शाम साढ़े छः बजे तो बाद भी काफ़ी देर तक खुले रहन सो जी इस बुलेटिन दबर ਹੁਣ ਇਜਾਜ਼ਤ ਦਿਓ ਆਪਣਾ ਖਿਆਲ ਰੱਖੋ ਨਮਸਕਾਰ